ਡੱਬੇ ਤਵੀਆਂ ਦਾ ਬਣਾ ਲਈਆਂ ਜੇ ਤਾਂ ਹੁਣ ਸੀ ਗੇਅਰ ਲਾਉਂਦੇ ਆ ਤਾਂ ਟਰੈਕਟਰ ਦਬਦਾ ਜੇ ਬੀ ਦਾ ਦੂਜਾ ਲਾਉਂਦੇ ਆ ਜੋਨ ਡੀਅਰ ਤੁਰਦਾ ਨੀ ਗਾ ਹਾਂ ਜੇ ਤੀਜਾ ਲਾਉਂਦੇ ਆ ਤਾਂ ਤੁਰਦਾ ਨੀ ਜੇ ਦੂਜਾ ਲਾਉਂਦੇ ਆ ਤਾਂ ਟਰੈਕਟਰ ਦਾ ਤੋਰਾ ਕੁਛ ਨੀ ਰਹਿੰਦਾ ਟਰੈਕਟਰ ਟਰੈਕਟਰ ਤੇਲ ਖਰਚਾ ਬਹੁਤ ਕੱਢਦਾ ਫਿਰ ਹੌਲੈਂਡ ਘੱਟ ਖਾਂਦਾ ਜੋਨ ਡੀਅਰ ਨਾਲੋਂ ਕਿ ਹਾਂ ਹੌਲੈਂਡ ਦਾ ਖਰਚਾ ਘੱਟ ਜੋਨ ਡੀਅਰ ਨਾਲੋਂ ਹਨਾ ਸਟੈਂਡਰਡ ਜੇ ਵੀ ਘੱਟ ਖਾਂਦੇ ਸੀ ਯਾਰ ਹਾਂ ਸਟੈਂਡਰਡ ਦਾ ਵੀ ਖਰਚਾ ਘੱਟ ਸੋਨਾਲੀਕਾ ਦਾ ਵੀ ਠੀਕ ਆ ਜਾਣੀ ਕਿ ਘੱਟ ਵੀ ਨਹੀਂ ਕਹਿ ਸਕਦੇ ਹੈਗੇ ਮੇਰੇ ਕੋਲੇ ਹੁਣ ਮੰਨ ਲਾ ਸੋਨਾਲੀਕਾ ਦਾ 60 ਸੀਗਾ ਜੀ 60 HP ਵਾਲਾ ਅੱਛਾ ਮਿੱਡੀ ਸ਼ੋ ਵਾਲਾ ਜਾਣੀ ਕਿ ਮੋਟਰ ਦੇ ਖਰਚੇ ਨੂੰ ਲਾ ਲਾ ਚਾਹੇ 15 ਦੀ ਤੇ ਲਾ ਲਾ ਚਾਹੇ 20 ਦੀ ਤੇ ਲਾ ਲਾ ਚਾਹੇ 10 ਦੀ ਤੇ ਲਾ ਲਾ ਇੱਧਰ ਦੇਖ ਕੇ ਗੱਲ ਕਰੋ ਜੀ 5-6 ਲੀਟਰ ਜਾਣੀ ਕਿ ਖਾਂਦਾ ਹੀ ਸੀ ਉਹ ਪੱਕਾ ਹੈ ਹਾਂ ਚਾਹੇ 10 ਦੀ ਮੋਟਰ ਚਲਾ ਲਾ ਤਾਂ ਵੀ 5 ਲੀਟਰ ਦਾ ਛਕਦਾ ਹੀ ਸੜਕ ਤੇ ਵੀ ਬਰਾਬਰੀ ਹੈ ਸੜਕ ਤੇ ਮੰਨ ਲਾ ਫਰਕ ਪਾ ਜਾਂਦਾ ਥੋੜਾ ਮੋਟਾ ਜਿਵੇਂ ਹੁਣ ਮੈਂ 575 ਰੱਖਿਆ ਪਹਿਲਾਂ ਉਹਦਾ ਖਰਚਾ ਅਲੱਗ ਸੀਗਾ ਉਹ ਮੰਨ ਲਾ 15 ਦੀ ਮੋਟਰ ਤੇ ਲਾ ਲਾ 4.5 ਲੀਟਰ ਤੇ ਜਿਵੇਂ 10 ਦੀ ਮੋਟਰ ਆ 4-4 ਵੀ ਰਹਿ ਜਾਂਦਾ ਸੀਗਾ ਉਹ ਇੱਥੇ ਖਾਂਦੇ 4-4.25 ਅੱਧ 4.5 ਫੁੱਲ ਲੋਡ ਪਾ ਕੇ ਪੂਰੇ ਤੇ ਹੈ ਆਮ ਠੀਕ ਠਾਕ ਵੀ 5 ਲੀਟਰ ਤੱਕ ਖਾਈ ਜਾਂਦਾ ਟਰੈਕਟਰ ਹਲਕੇ ਜੇ ਲੋਡ ਤੇ ਮੋੜੇ ਜੇ ਤੇ ਬਾਕੀ ਬਾਈ ਹੁਣ ਟਰੈਕਟਰ ਹੈਗਾ ਪਾਵਰ ਦੇ ਹਿਸਾਬ ਨਾਲ ਇਹ ਤਾਂ ਹੈ ਜਿਵੇਂ ਹੁਣ ਪਾਪਾ ਪਾਵਰ ਵੱਡੀ ਲਈ ਜਾਵਾਂਗੇ ਬਾਈ ਉਹਨੇ ਹੁਣ ਏਜੰਸੀ ਕਿੰਨੀ ਹੋਈ ਕਦੋਂ ਉਹਨਾਂ ਨੂੰ ਪੁੱਛ ਕੇ ਦੇਖਿਓ ਘੰਟੇ ਦੀ ਉਹ 10-11 ਲੀਟਰ ਦਾ ਕਹਿੰਦੇ ਹੀ ਆ ਵੀ ਸਾਡਾ ਟਰੈਕਟਰ ਇੰਨਾ ਖਾਊਗਾ ਜੇ 75 ਪਾਵਰ ਦਾ ਲੈਨੇ ਹੋ ਉਹ ਇੰਨਾ ਘੰਟੇ ਦਾ ਖਾਊਗਾ ਜੇ ਦੱਬ ਕੇ ਚਲਾਵਾਂਗੇ 12-15 ਤਾਂ ਹੀ ਜਾਊਗਾ ਹੁਣ ਮੰਨ ਲਾ ਆਪਣੇ ਕੋਲੇ 655 ਅਰਜਣ ਰੱਖਿਆ ਆਪਾਂ ਪਹਿਲਾਂ ਉਹ ਹੁਣ ਸੁਪਰ ਸੀਡਰ ਤੇ ਲੈਫਟ ਛੱਡਣ ਨਹੀਂ ਦਿੰਦਾ ਹੁੰਦਾ ਸੀ ਆ ਹੁਣ ਮੰਨ ਲਾ ਉਹਦੇ ਨਾਲ ਪਾਵਰ ਚ ਵੀ ਛੋਟਾ ਵਾ ਇਹਨੂੰ ਸੁਪਰ ਸੀਡਰ ਤੇ ਪਰਵਾਹੀ ਕੋਈ ਨਹੀਂ ਇਹ ਵਧੀਆ ਚੱਲਦਾ ਉਦੋਂ ਫਰਕ ਵੀ ਨਹੀਂ ਹੁੰਦੀ ਇਹਨੂੰ ਬੀਮਾ ਕਰ ਕੋਸ ਹੈਗਾ ਵੀ ਆ ਉਹ ਨਹੀਂ ਸੀ ਉਹ ਦੱਬਦੇ ਸੀ ਉਹ ਟਰੈਕਟਰ ਦੱਬਦੇ ਸੀ ਉਹਦਾ ਲੈਫਟ ਨਹੀਂ ਛੱਡਣ ਦਿੰਦਾ ਇਹਨੂੰ ਦੋਨੇ ਲੀਵਰ ਥੱਲੇ ਛੱਡ ਕੇ ਉਦੋਂ ਪਹਿਲੇ ਉਦੋਂ ਗਾਹਾਂ ਸੀ ਜਿਹੜੇ ਪਹਿਲਾਂ ਆਏ ਆਏ ਹੀ ਆ ਉਹ ਤਾਂ ਜਮਾਂ ਹੀ ਬਾਲੇ ਮਰਦੇ ਸੀ ਉਹ ਟਰੈਕਟਰ ਦਾ ਧੂਆਂ ਹੀ ਨਹੀਂ ਛੱਡਦੇ ਸੀ ਪਹਿਲੇ ਹੈ ਹਾਂ ਆ ਜਿਹੜਾ ਆਪਣੇ ਪਿੰਡ ਹੈਗਾ ਵਾ ਉਹ ਵਾਲੇ ਅੱਛਾ CRDਾਂ ਦਾ ਫਰਕ ਆ ਇਹਨਾਂ ਦਾ CRD ਦਾ ਬਾਈ ਫਰਕ ਆ CRD ਦਾ ਬਾਈ ਜ਼ੋਰ ਵੀ ਦੂਜੇ ਟਰੈਕਟਰਾਂ ਦਾ ਕਿਤੇ ਜ਼ਿਆਦਾ ਜਿਹੜਾ CRD ਆਪਸ਼ਨ ਦਿੰਦੇ ਆ ਉਹ ਸੇਵਰ ਦਾ ਆਇਲ ਸੇਵਰ ਆਹ ਦੂਜਾ ਜ਼ੋਰ ਲਾਉਣ ਵਾਲਾ ਉਹ ਇੱਕ ਮੀਡੀਅਮ ਜਿਹੇ ਵਾਲਾ ਮੈਂ ਕਹਿੰਦਾ ਸਾਲਾ ਆਇਲ ਸੇਵਰ ਤੇ ਵੀ ਕਰਤਾ ਜਦ ਸਾਲਾ ਲੋਡ ਪਿਆ ਹੋਊ ਤੇਲ ਤਾਂ ਉਹਨੇ ਉਨਾ ਹੀ ਛੱਡਣਾ ਕਮੇ ਤੇਲ ਤਾਂ ਉਹਨੇ ਇਹ ਕਹਿੰਦਾ ਵੀ ਜਿਵੇਂ ਆਪਾਂ ਸੁਪਰ ਸੀਡਰ ਚਲਾਇਆ ਸੀ ਨਾਰਮਲ ਤੇ ਵੀ ਤੇਲ ਵੱਧ ਖਾ ਜਾਂਦੇ ਆ ਤੇਲ ਦਾ ਜਿਵੇਂ ਮੰਨ ਲਾ ਨਾਰਮਲ ਜਾਂ ਕਹਿੰਦੇ ਆ ਆਪਾਂ ਤੇਲ ਸੇਵਰ ਦਾ ਕਹਿੰਦੇ ਆ ਉਹ ਉਹ ਇਹ ਚੀਜ਼ ਨੂੰ ਤਾਂ ਕਹਿੰਦੇ ਹੀ ਨਹੀਂ ਹੈਗੇ ਵੀ ਤੁਸੀਂ ਜਿਵੇਂ ਸੁਪਰ ਸੀਡਰ ਪਾਇਆ ਜਾਂ ਤਵੀਆਂ ਪਾਇਆ ਤੁਸੀਂ ਉੱਥੇ ਚਲਾਓ ਉਹ ਤਾਂ ਸਿਰਫ ਆਪਾਂ ਨੂੰ ਮੰਨ ਲਾ ਸੜਕ ਤੇ ਤੇਲ ਖਰਚਾ ਘੱਟ ਕੱਢੂਗਾ ਉਹ ਬਾਹਲਾ ਨਹੀਂ ਫਰਕ ਪੈਂਦਾ ਆਪਾਂ ਗਏ ਸੀ ਜੀ ਪਰ ਨਹੀਂ ਪੈਂਦਾ ਨਾ ਆਹੋ ਬਾਹਲਾ ਨਹੀਂ ਪੈਂਦਾ ਨਹੀਂ ਫਰਕ ਸਾਲਾ ਤਲਵੰਡੀ ਭਾਈ ਗਏ ਸੀ 40 HP ਕੱਢੂਗਾ 40 HP ਵਾਲੇ ਦਾ ਸਾਲੇ ਤੇਲ ਹੀ ਨਹੀਂ ਖਾਂਦੇ ਵੈਸੇ ਤੈਨੂੰ ਕਹਿੰਦਾ ਤਲਵੰਡੀ ਭਾਈ ਗਏ ਸੀ ਆਪਾਂ ਜੇ 20 ਲੀਟਰ ਖਾਂਦਾ ਉਹ 18-19 ਇਦੋ ਲੀਟਰ ਡੇਢ ਦਾ ਪਾ ਦੋ ਦਾ ਪਾ ਜੂ ਇਦੋ ਵੱਧ ਥੋੜੀ ਪਾ ਜੂ ਵੀ ਹੁਣ 10 ਹੀ ਅੱਧ ਅੱਧ ਚ ਆ ਜੂ ਮੈਂ ਕਹਿੰਦੇ 40 HP ਕੰਮ ਕਰਦਾ ਇੰਨੇ ਦੇ ਪੰਜਾਬ ਦੇ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਦੱਬਦੇ ਉਹ ਚੱਕਰ ਆਹੋ ਇਹ ਵੀ ਚੱਕਰ ਦੇ ਘਟ ਜਾਂਦੇ ਆ ਉਹ ਪਾਵਰ ਮੋਡ ਤੇ ਕਰ ਤੇ ਕਰ ਦਿੰਨੇ ਆ ਦੇਖ ਘਟ ਚੱਕਰਾਂ ਤੇ ਰੱਖ ਪਾਵਰ ਦੱਬਦੇ ਵੱਧ ਜਾਂਦੇ ਆ ਵੱਧਦੇ ਆ ਸਾਲੇ ਫੇਰ ਦੱਸਦੀ ਵੱਧ ਚੱਕਰਾਂ ਤੇ ਉਹ ਦੂਜਾ ਪਾਵਰ ਨੂੰ ਕਰਦਿਆਂ ਘਟ ਜਾਂਦੇ ਆ ਸੜਕ ਤੇ ਹਾਂ ਫੁੱਲ ਕਰਦੇ ਬਚਾਲਣਾ ਦੇ ਵੱਧ ਜਾਂਦੇ ਆ 200 ਚੱਕਰ ਪਾ ਕੇ ਹਿਸਾਬ ਆ ਇਹ ਜਿਹੜਾ ਆਉਂਦਾ ਆਪਣਾ ਆਹ ਆਇਆ ਵਾ ਹੁਣ ਆਪਾਂ ਆਪਣੇ ਕੋਲੇ ਮਹਿੰਦਰੇ ਦਾ ਇਹ ਤਾਂ ਆਪਣਾ ਹੁਣ ਜਿਵੇਂ ਆਪਾਂ ਚੇਂਜ ਕਰਦੇ ਆ ਇਹ ਤਾਂ ਬਾਜ ਵੀ ਨਹੀਂ ਚੇਂਜ ਕਰਦਾ ਹੈਗਾ ਜਿਹੜਾ ਫਾਰਮ ਟਰੈਕ ਆ ਉਹ ਬਾਜ ਵੀ ਚੇਂਜ ਕਰਦਾ
ਜਿਹੜਾ 969 ਆ ਉਹਨੂੰ ਇਹਦੇ ਤਾਂ ਜਿਵੇਂ ਨਾਰਮਲ ਮੋਡ ਪਾਵਰ ਮੋਡ ਡੀਜ਼ਲ ਸੇਵਰ ਆ ਉਹਦੇ ਆ ਹਲਾਂ ਵਾਲਾ ਲਾਤਾ ਕੀ ਲਿਖਿਆ ਉਹਦੇ ਤੇ ਕੀ ਯਾਰ ਮੋਡ ਉਹ ਦੱਬੇ ਤੇ ਪੂਰਾ ਮੀਟਰ ਕਰ ਦਿੰਦਾ जान भी बहुत ਸਵਰਾਜ ਦਾ ਦੇਖਿਆ ਜਾਵੇ ਸਾਰੇ ਪਾਸਿਓਂ ਤੇਲ ਖਰਚਾ ਜਾਇਆ ਜਾ ਵੀਰੇ ਸੜਕ ਤੇ ਲਾ ਲਾ ਘਾਟਾ ਹਾਂ ਸਵਰਾਜ ਦਾ ਕਿਉਂਕਿ ਬਾਈ ਸੜਕ ਤੇ ਤੁਰਦਾ ਬਹੁਤ ਆ ਜਿਹੜੇ ਟਰੈਕਟਰ ਦਾ ਸੜਕ ਤੇ ਤੋਰਾ ਹਾਈ ਆ ਉਹਨੇ ਸੜਕ ਤੇ ਵੀ ਤੇਲ ਖਰਚਾ ਘੱਟ ਕੱਢਣਾ ਚਾਲੀ ਦੀ ਸਪੀਡ ਤੇ ਭਜਦਾ ਜਿਹੜਾ ਕਬੂਟਾ ਟਰੈਕਟਰ ਆ ਉਹ 3200 ਰੁਪਏ 3300 ਕਰਕੇ ਮਹਾ ਚਾਲੀ ਤੇ ਜਾਂਦਾ ਹਜ਼ੂਰ ਸਾਹਿਬ ਗਏ ਆ ਹਾਂ 3200 ਤੇ 40 ਦੀ ਸਪੀਡ ਤੇ ਜਾਂਦਾ ਸੀ 42 ਦੀ ਤੇ 42 ਦੀ ਤੇ ਆਮ ਟਰੈਕਟਰ ਨਹੀਂ ਇੰਨਾ ਕੰਪਨੀ ਕੰਨੀਆਂ ਭਜਦਾ ਹੁੰਦਾ ਇੱਕ ਟਰੈਕਟਰ 2100 ਤੇ 42 ਤੇ ਜਾਂਦਾ ਉਹ ਤੇਲ ਦਾ ਫਰਕ ਪਾਉਣਾ ਹੀ ਆ ਹਾਂ ਫਰਕ ਪੈਣਾ ਹੀ ਹੁਣ ਦੇਖ ਲਾ ਵੀ ਘੱਟੋ ਘੱਟ ਤੇਲ ਦਾ ਆਪਣਾ 12-14 ਹਜ਼ਾਰ ਦਾ ਫਰਕ ਪੈ ਗਿਆ ਦੂਜੇ ਟਰੈਕਟਰ ਨਾਲੋਂ ਸਵਰਾਜ 35 ਹਜ਼ਾਰ ਚ ਮੁੜਿਆ ਹਜ਼ੂਰ ਸਾਹਿਬ ਤੋਂ ਕਬੂਟਾ ਖਾ ਗਿਆ 50 ਹਜ਼ਾਰ ਦਾ ਇਹ ਪਹਿਲਾਂ 2400 ਰੁਪਏ ਵਾਲਾ ਸੀ ਇਹ ਕਬੂਟਾ ਹੁਣ ਨੀ ਪਤਾ 2100 ਚ ਆਉਂਦਾ ਕਿੰਨੇ ਚ ਆਉਂਦਾ ਹੁਣ ਵੀ 2400 ਚ ਹੀ ਆ ਪਹਿਲੇ ਤਾਂ ਜਮਾ ਹੀ ਨੀ ਜਿਹੜੇ ਜਿਵੇਂ ਸਪੈਸ਼ਲ ਐਡੀਸ਼ਨਾਂ ਦਾ ਹਲੇ ਵੀ ਪੈ ਕਹਿੰਦਾ ਫਰਕ ਇਹ ਵਧਾਇਆ ਸਪੈਸ਼ਲ ਐਡੀਸ਼ਨ ਦਾ ਵੀ ਦੇਖ ਲਾ ਹੋਲੈਂਡ ਵਾਲੇ ਨੇ ਪਾਸ ਕਰਾ ਲਿਆ ਉਹਦਾ ਲੱਖ ਰੁਪਏ ਸਸਤਾ ਸੀ ਉਦੋਂ ਉਹ 10-9 ਦੱਸਦਾ ਸੀ 9 ਦਾ ਸੀ ਜਿਹੜਾ ਸੋਫਾ ਰਾ 8 ਦਾ ਸੀ ਉਦੋਂ ਇੰਨਾ ਫਰਕ ਪਰ ਸੂਫਰ ਰਹਿ 50 ਪਾਵਰ ਦਾ ਹੀ ਜਾਂਦਾ ਉਦੋਂ ਇਹ ਸਪੈਸ਼ਲ ਐਡੀਸ਼ਨ ਆਉਂਦਾ ਸੀ ਨਾ 55 ਪਾਵਰ ਚ ਹੁਣ ਜਿਹੜਾ ਮੰਨ ਲਾ ਜੌਨ ਡੀਅਰ ਰੇਟਰ ਆਰਪੀਐਮ 2100 ਆਇਆ ਵਾ ਹੁਣ ਸਵਰਾਜ ਵਾਲਾ 1200 ਹੀ ਆ ਆਹੋ 969 ਆਇਆ 1200 ਪਹਿਲਾਂ ਜੌਨ ਡੀਅਰ 2400 ਆਉਂਦਾ ਸੀ ਹਾਂ 2400 ਆਉਂਦਾ ਸੀਗਾ ਆਪੇ ਫਿਰ ਦੱਸ ਹਾਲੈਂਡ ਵੀ 2400 ਹੀ ਆਉਂਦੇ ਸੀ 2400 ਹੁਣ ਵੀ ਇੰਨਾ ਹੀ ਹੈ ਇਹਦਾ ਆਰਪੀਐਮ ਰੇਟਰ ਆਪਣੇ ਫਾਰਮ ਟਰੈਕ ਦੀ ਸੇਲ ਦਾ ਤੋਂ ਘਟ ਗਈ ਰਿਵਾਜ ਆ ਜੋ ਕਿਸੇ ਏਰੀਏ ਚ ਕਿਹੜੇ ਜ਼ਿਆਦਾ ਕਿਸੇ ਚ ਕਿਹੜੇ ਹੁਣ ਆਪਣੇ ਪਿੰਡ ਜ਼ਿਆਦਾਤਰ ਦੇ ਨੂੰ ਟਰੈਕਟਰ ਮਹਿੰਦਰਾ ਦੇਖਣ ਨੂੰ ਮਿਲੇ ਆਪਣੇ ਏਰੀਏ ਫਤਿਹਗੜ੍ਹ ਸਾਹਿਬ ਵੱਲ ਕਿਸੇ ਪਿੰਡ ਚ ਕਿਹੜਾ ਹੁਣ ਤੂੰ ਜਲੰਧਰ ਸਾਈਡ ਚਲਿਆ ਜਾ ਉਧਰ ਤੈਨੂੰ ਹੋਲੈਂਡ ਹੀ ਮਿਲੂ ਉਧਰੋਂ ਜਿਹੜੇ ਆਨੰਦਪੁਰ ਪਰਲੇ ਪਾਸੇ ਆਉਂਦਾ ਏਰੀਆ ਉਹ ਸਾਰੇ ਅਰਜਨ ਚੱਕੀ ਫਿਰਦਾ ਆ ਜਲੰਧਰ ਦੁਆਬਾ ਇਹ ਹੋਲੈਂਡ ਹੋਲੈਂਡ ਇੱਧਰ ਵੀ ਅਰਜਨ ਬਹੁਤ ਆਪਣੇ ਬਠਿੰਡੇ ਵੱਲ ਹੋ ਗਏ ਫਤਿਹਗੜ੍ਹ ਵੱਲ ਸਵਰਾਜ ਆ ਸਵਰਾਜ ਤਾਂ ਤਕਰੀਬਨ ਸਾਰੇ ਏਰੀਏ ਚ ਹੀ ਆ ਜਿਹੜਾ ਹੁਣ ਸਵਰਾਜ ਨੂੰ ਇਹਨਾਂ ਨੇ ਹਾਈ ਲੋ ਮੀਡੀਅਮ ਕਰਤਾ ਨਾ 855 ਨੂੰ ਉਹ ਵੀ ਬਾਈ ਬਹੁਤ ਵਧੀਆ
जगदेव नवा लैके आया मॉडल थोड़ा जा वादा लैफ्ट नहीं छड़न दिंदा जिदी चांग मार चक ला थोड़ा तूरा वधा दा हॉलैंड दा गियरां च फर्क पै गया असली दा यार जेड़े हिसाब नाल माला मूहरे आपां नूं मशीनरी आ रही आ माला जिवें पराली नूं अग नहीं लाउणी उह नहीं करना हरेक किसान नूं हुण जिवें ट्रैक्टर ते 10-11 लख लाउंदा भाई क्रीपर गेयर लैणा चाहीदा हां क्रीपर सब तों बैटर सार मान लो इक ट्रैक्टर लै लो थोड़े सारे कम्म कर जांदे 20,000 दा फर्क आ ਆਪਾਂ ਵੀ ਉਹਨੂੰ ਕਿਹਾ ਸੀ ਕਹਿੰਦਾ ਉਹ ਕਹਿੰਦਾ ਆਏ ਸੀ ਕਹਿੰਦਾ ਲਏ ਨੀ ਕਿਸੇ ਨੇ ਉਹ ਤਾਂ ਲੋਕਾਂ ਨੂੰ ਪਤਾ ਹੀ ਨੀ ਸੀ ਲੋਕਾਂ ਨੂੰ ਆਹਾ ਹੁਣ ਕਹਿ ਤਾਂ ਦਿੰਦਾ ਹਾਈ ਲੋ ਮੀਡੀਅਮ ਇਹ ਤਾਂ ਪਹਿਲੇ ਲੋ ਜੇ ਚਿਕੱਕਰ ਦਾ ਓਨਾ ਹੀ ਆ ਦੂਜਿਆਂ ਜਿੰਨੇ ਹੀ ਜਿਵੇਂ ਜੌਨ ਡੀਅਰ ਦਾ ਹੀ ਆ ਜੌਨ ਡੀਅਰ ਦੇ ਮੰਨ ਲਾ ਦੂਜੀ ਸਾਈਡ 3 ਗੇਅਰ ਨੇ ਹੁਣ ਇੱਧਰ ਏ ਬੀ ਸੀ ਡੀ ਗੇਅਰ ਤਾਂ ਕਰਤਾ ਤੁਰਦਾ ਤਾਂ ਫੇਰ ਏ ਚ ਉਹ 2 ਕਿਲੋਮੀਟਰ ਦੇ ਉੱਤੇ ਆ ਜਿਵੇਂ ਹੁਣ ਭੀਰੀ ਵਾਲਾ ਉਹ ਪਹਿਲੇ ਲੋ ਚ ਆਪਣੇ ਆ ਨੋਵੋ ਦੇ ਪਹਿਲੇ ਲੋ ਜਿੰਨਾ ਤੁਰਦਾ ਜਾਂ ਵੱਧ ਤੁਰਦਾ ਕਿਹੜਾ ਭੀਰੀ ਵਾਲਾ ਅਰਜਨ 2 ਸਪੀਡ ਆਪਣੇ ਆ ਟ੍ਰੈਕਟਰ ਦੇ ਹਾਂ ਇਹਦੇ ਨਾਲੋਂ ਤਾਂ ਵੱਧ ਤੁਰਦਾ ਜ਼ਿਆਦਾ ਤੁਰਦਾ ਅੱਛਾ ਲੋ ਚ ਵੱਧ ਤੁਰਦਾ ਪਹਿਲੇ ਲੋ ਚ ਹੈ ਇਹਦੇ ਪਹਿਲੇ ਲੋ ਨਾਲ ਉਹ ਲੋ ਸਪੀਡ ਆ ਵੈਸੇ ਉਹ ਵੀ ਹਾਂ ਉਹ ਲੋ ਸਪੀਡ ਆ ਉਹ ਆਪਣਾ ਪਹਿਲਾ ਦੇ ਲੈ ਪਹਿਲੇ ਲੋ ਚ ਉਹਦਾ ਜਾਂਦਾ 2.5 ਕਿਲੋਮੀਟਰ ਦੀ ਸਪੀਡ ਤੇ ਪਹਿਲੇ ਲੋ ਯਾਰ ਹਾਈ ਸਪੀਡ ਯਾਨੀ ਕਿ ਯਾਰ ਸਵਰਾਜ ਦਾ ਵੀ ਇੰਨਾ ਫਰਕ ਪਾਤਾ ਜਿਹੜਾ ਹਾਈ ਲੋ ਵਾਲਾ ਸਵਰਾਜ ਆ ਜਾਂ ਜਿਹੜਾ ਹੁਣ ਹਾਈ ਲੋ ਮੀਡੀਅਮ ਵਾਲਾ ਸਵਰਾਜ ਆਇਆ ਵਾ ਉਹਦਾ ਯਾਨੀ ਕਿ ਸਵਰਾਜ ਪਹਿਲਾ ਲੋ ਜਿਹੜਾ ਨਵਾਂ ਸਵਰਾਜ ਹਾਈ ਲੋ ਮੀਡੀਅਮ ਆਇਆ ਉਹਦਾ ਦੂਜਾ ਲੋ ਜਾ ਕੇ ਉਹ ਤਾਂ ਉਹਦੇ ਬਰਾਬਰ ਉਨਾ ਤੁਰਦਾ ਇੰਨਾ ਫਰਕ ਇੰਨਾ ਫਰਕ ਆ ਹੁਣ ਮੰਨ ਲਾ ਨਵਾਂ ਜਿਹੜਾ ਲੋ ਮੀਡੀਅਮ ਹਾਈ ਹੈ ਜਦ ਉਹਦਾ ਹੋਰ ਤੋਰਾ ਘੱਟ ਗਿਆ ਪਹਿਲਾਂ ਇੱਕ ਗੇਅਰ ਉਹਨੂੰ ਹੋਰ ਹੈਗਾ ਥੱਲੇ ਛੋਟਾ ਬਾਈ ਉਹਨੇ ਆਪ ਹੀ ਲੋਡ ਘੱਟ ਲੈਣਾ ਟ੍ਰੈਕਟਰ 855 ਵੀ ਜੇ ਕਿਤੇ ਪਹਿਲਾਂ ਕਰ ਦੇਣਾ ਨਾ ਲੋ ਮੀਡੀਅਮ ਹਾਈ ਬਹੁਤ ਚੱਲਣਾ ਜਿਹਨਾਂ ਨੇ ਕੀਤਾ ਲੇਟ ਆ ਥੋੜਾ ਜਿਹਾ ਇਹ ਵੀ ਵੱਡੇ ਟ੍ਰੈਕਟਰ ਵਗੈਰਾ ਫਿਰ ਵਿਕਦੇ ਨੀ ਨਾ ਤਾਂ ਨੀ ਚੱਲਣਾ ਬਹੁਤ ਸੀ ਇਹ ਬਾਕੀ ਬਾਈ ਹੁਣ ਮੂਹਰੇ ਇਹ ਨੀ ਪਤਾ ਯਾਰ ਇਹ ਵੀ ਇਹ ਕਿੰਨਾ ਕੁ ਤੇਲ ਖਾਂਦੇ ਆ ਸਵਰਾਜ ਦਾ ਤੇਲ ਖਰਚਾ ਘੱਟ 855 ਦਾ ਪਹਿਲੇ ਦਾ ਕਹਿੰਦੇ ਕਾਫੀ ਖਾਂਦੇ ਨੇ ਪੁਰਾਣੇ ਤਾਂ ਹਨਾ ਕਿ ਨਹੀਂ ਅੱਛਾ ਉਹੀ ਕਹਿੰਦੇ ਜੀ ਇਹਨੂੰ ਨਹੀਂ ਪਸੰਦ ਹੈਗਾ ਅੱਛਾ ਅਗਲਾ ਕਹਿੰਦਾ ਉਹ ਦੂਜਾ ਟ੍ਰੈਕਟਰ ਵਧੀਆ ਆ ਜਿਹੜਾ ਆਪਣੇ ਪਿੰਡ ਇਹਨਾਂ ਕੋਲੇ ਉਹ 963 ਆ ਹੈਗਾ 79 ਆ 963 ਆ ਤੋਰਾ ਉਹਦਾ ਇੰਨਾ ਗੁੱਡ ਆ ਪਹਿਲੇ ਲੋਚ ਕਰੀਪਰ ਵਾਲੀ ਦੀ ਸਪੀਡ ਆ ਉਹਦੀ ਕਰੀਪਰ ਵਾਲੀ ਸਪੀਡ ਹੀ ਆ ਉਹਦੀ ਜਾਨ ਬਹੁਤ ਆ ਹਰੇਕ ਕੰਮ ਨੂੰ ਉਹ ਮੰਨ ਲਾ 1500-1600 ਚੱਕਰ ਤੇ ਚੱਲਦਾ 1500-1600 ਤੇ ਵਧੀਆ ਕੰਮ ਕਰਦਾ ਵਧੀਆ ਕੰਮ ਕਰਦਾ ਪੂਰਾ ਐਨ ਵਧੀਆ ਤੇਲ ਵੀ ਠੀਕ ਖਾਂਦਾ ਖਰਚਾ ਜਾਇਜ਼ ਐਨ ਇਹਨਾਂ 63 ਦਾ ਹੈ ਹਾਂ ਇਹ ਹਾਈ ਲੋ ਮੀਡੀਅਮ ਹੀ ਆ ਹਾਂ ਇਹ ਹਾਈ ਲੋ ਮੀਡੀਅਮ ਆ ਉਹ ਫੇਰ ਇਹਨਾਂ ਦਾ ਰੇਟ ਵੀ ਘੱਟ ਆ ਦੂਜਿਆਂ ਨਾਲੋਂ ਹਾਂ ਅਸੀਂ ਆ ਉਦਣ ਗਏ ਸੀ ਮੈਂ ਤੇ ਆਹ ਅਸੀਂ ਚਲੇ ਗਏ ਨੰਘ ਨੰਘਦੇ 855 ਸੀਗਾ 8 ਲੱਖ ਪਤਾ ਨੀ ਕੋ ਕਿੰਨੇ ਕੁ ਦਾ 7 ਲੱਖ ਕੁਛ ਦਾ ਪੈਂਦਾ ਸੀ 90-90 ਦਾ ਹੁਣ ਉਹੀ ਲਾ ਲਾ ਯਾਰ ਜਿਹੜੇ ਹੁਣ ਹਾਈ ਲੋ ਟ੍ਰੈਕਟਰ ਸੀਗੇ ਮੰਨ ਲਾ ਹੁਣ ਉਹ ਗੇਅਰ ਲਵਾਈ ਜਾਂਦੇ ਆ ਉਹ ਗੇਅਰ ਨਾਲ ਕਿੰਨਾ ਲੋ ਹੋ ਜਾਂਦਾ ਵਾ ਸੁਪਰ ਸੀਡਰ ਦੇ ਮੁੜ ਕੇ ਉਹੀ ਟ੍ਰੈਕਟਰ ਆਰਾਮ ਨਾਲ ਤੁਰੇ ਫਿਰਦੇ ਆ ਇਹ ਤਾਂ ਆਰਾਮ ਨਾਲ ਤੁਰਦੇ ਗੱਲ ਤਾਂ ਤੁਰੇ ਦੀ ਆ ਜਿੰਨਾ ਉਹ ਬਾਲਾ ਟ੍ਰੈਕਟਰ ਹੌਲੀ ਤੁਰੂਗਾ ਓਨਾ ਹੀ ਕਾਮਯਾਬ ਆ ਏਦੂ ਬਿਹਤਰ ਆ ਜੋ ਨਵਾਂ ਟ੍ਰੈਕਟਰ ਕਰਾਉਂਦੇ ਹੋ ਕਰੀਪਰ ਗੇਅਰ ਟ੍ਰੈਕਟਰ ਲੈ ਲਓ ਪਹਿਲਾਂ ਹੀ 10-20,000 ਹਾਈ ਲੋ ਮੀਡੀਅਮ ਤਾਂ ਹੈਗਾ ਹੀ ਆ ਨਾਲ ਤੁਹਾਨੂੰ ਇੱਕ ਕਰੀਪਰ ਗੇਅਰ ਦਾ ਇੱਕ ਗੇਅਰ ਜਦੋਂ ਯਾਰ ਆਪਾਂ ਮੰਗ ਕਰਾਂਗੇ ਆਪੇ ਲਿਆ ਕੇ ਦੇਣਗੇ ਜਦੋਂ ਦੂਜਾ ਲੈਣਾ ਨੀ ਆਪਾਂ ਹੁਣ ਮੰਗਦੇ ਨੀ ਨਾ ਫਰਕ ਕਿੰਨਾ ਵਾ ਕੀਮਤ ਦਾ ਸਾਰਾ ਲੈਣ ਵੇਲੇ 20-30,000 ਦਾ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨੀ ਚੱਕਰਾਂ ਚੁੱਕਰਾਂ ਦਾ ਯਾਰ ਹਾਈ ਲੋ ਮੀਡੀਅਮ ਦੇਖ ਲੈਂਦੇ ਆ ਉਹ ਤਾਂ ਕੋਈ ਪੜਦਾ ਹੀ ਨੀ ਪਹਿਲੇ ਲੋ ਚ ਕਿੰਨਾ ਪਹਿਲੇ ਹਾਈ ਚ ਕਿੰਨਾ ਪਹਿਲੇ ਮੀਡੀਅਮ ਲੋਕਾਂ ਨੂੰ ਉਹਦਾ ਬਸ ਧਿਆਨ ਹੀ ਦਿੰਦੇ ਉਹਦਾ ਚਾਹੀ ਹੁੰਦਾ ਨਵੀਂ ਮਸ਼ੀਨਰੀ ਲੈਣ ਦਾ ਵੀ ਹਾਂ ਵੀ ਨਵਾਂ ਲੈ ਕੇ ਚੱਲੇ ਆ
चाहे लख चार गेयर करते पौलनी चढ़िया लेके तू लेके गया भाई 1500 चक्कर तो उठा ही नहीं ट्रैक्टर किन्ना वजन पाया मेरा हूं चेते नहीं यार खानी 300 बोरी सी यार अच्छा खानी 350 की कुछ इथे बोरिया सी दूजे ट्रैक्टर च 50 बोरिया घट सी ओनू पता भी है नहीं सी मान ला ओ लुधियाने भी दो गेड़े ला आंदा अर्जन ओदे बराबर जॉन डियर 2500 दा एक गेड़ा ला के खा के मुड़िया आंदा सी हिसाब ला ला इथो रोड ते चाढ़िया जाने के बंद ट्रैक्टर ने 1500 तो उत्ते रेस ही नहीं फड़ी ट्रैक्टर ने है अपने हुण गवर्नमेंट वल्लों अलाउड हो गया की जिहड़े ट्रक आउणे आ सारे एसी आउणे आ एसी तों बिना नहीं आणा है तां वधिया किवें 1500 तो उत्ते चक्कर ही नहीं फड़दा है जॉन डियर कंपनी जिन्ना यार दूजे पासे गियर चार नहीं करदी यार उन्ना यार जॉन डियर दा तोरा ही नहीं सही आउणा है चलो जी कर लिया गल्लां बहुत ट्रैक्टर दियां वीडियो वधिया लगी होगे तां लाइक कर दियो शेयर कर दियो चैनल सबसक्राइब कर दियो वीडियो देखने लई धन्नवाद थोनू होर भी गल्लां करिया करें ट्रैक्टर बारे आपां मिलदे आं किसे अगले वीडियो च वाहिगुरू जी का खालसा वाहिगुरू जी की फतेह।